सत श्रीकाल जी, तुम देख रहे हो D5 चैनल पंजाबी। अज एक खबर आ रही है CM के हवाले तो मुख्यमंत्री भगवंत मान अज सनअतकारा मिले ने, इंडस्ट्रियलिस्ट मिले ने। तुहानू जिवें कि दस दईए कि पिछले लंबे समय तो 6 महीनों के करीब हो गया इंडस्ट्रियल पॉलिसी जिहड़ी हैगी है, पंजाब की नवी इंडस्ट्रियल पॉलिसी लियाण की गलबात चल रही है। इस नूं लैके तकरीबन 15 बोर्ड्स ते कारपोरेशन ते डिफरेंट डिपार्टमेंट्स नूं जिहड़ा हैगा इहदा खरड़ा जिहड़ा कच्चा खाखा जिहड़ा वह भेजा गया सीगा, उस ते अपने कॉमेंट्स मंगे गए सीगे। खास करके MSMEs नूं लैके जे गल करिए, समॉल स्केल जिहड़ियां इंडस्ट्रीज ने या फिर जिहड़े होर इंडस्ट्रियां पंजाब दे विच लियाण दी गल कीती जांदी है, उहनूं लैके नवी इंडस्ट्रियल पॉलिसी दा काफ़ी लंबे समय तो इंतजार हो रहा है। इस दे लई जिहड़ी नवी आई सरकार हैगी है, भगवंत मान होरां दी सरकार, आम आदमी पार्टी दी सरकार, उन्हां ने कहा सीगा क्योंकि पहली पॉलिसी जिहड़ी उह खत्म हो गई है इंडस्ट्री दी सनअती जिहड़ी पॉलिसी सीगी, उन्हां ने कहा सीगा कि असीं इक नवी पॉलिसी लैके आवांगे। इहदे विच खास करके इत्थों दे लोकल्स नूं जिहड़ी इंडस्ट्री दे विच उहदे जिहड़े बेनीफिट्स देण दी गल कीती गई सी, उहदे लाभपात्री बनाउण दी गल कीती गई सीगी, उह सारीआं गल्लां नूं लैके काफ़ी लंबा चौड़ा खाखा जिहड़ा हैगा ਉਹ ਬਣਾਇਆ ਗਿਆ, ਡਰਾਫਟ ਜਿਹੜਾ ਸੀਗਾ ਉਹ ਬਣਾਇਆ ਗਿਆ ਹੈਗਾ। ਉਹ ਡਿਫਰੈਂਟ ਡਿਫਰੈਂਟ 15 ਡਿਪਾਰਟਮੈਂਟਸ ਨੂੰ ਅਤੇ ਬੋਰਡਸ ਨੂੰ ਭੇਜਿਆ ਗਿਆ ਸੀ, ਉਸ 'ਤੇ ਐਕਸਪਰਟਸ ਦੇ ਕਮੈਂਟ ਜਿਹੜੇ ਸੀਗੇ ਉਹ ਮੰਗੇ ਗਏ ਸੀਗੇ ਕਿ ਨਵੀਂ ਪਾਲਿਸੀ ਜਿਹੜੀ ਹੈ ਵੱਧ ਤੋਂ ਵੱਧ ਜਿਹੜੇ ਹੈਗੇ ਲੋਕਾਂ ਨੂੰ ਅਕੋਮੋਡੇਟ ਕਰ ਸਕੇ, ਛੋਟੇ ਖਾਸ ਕਰਕੇ ਸਨਅਤਕਾਰਾਂ ਨੂੰ ਇਹਦਾ ਲਾਭ ਮਿਲ ਸਕੇ। ਪਰ ਅੱਜ ਦੀ ਜੇ ਗੱਲ ਕਰੀਏ, ਭਗਵੰਤ ਮਾਨ ਜਿਹੜੇ CM ਪੰਜਾਬ ਨੇ, ਮੁੱਖ ਮੰਤਰੀ ਪੰਜਾਬ, ਉਹਨਾਂ ਨੇ ਇੱਕ ਟਵਿੱਟ ਕੀਤਾ ਹੈਗਾ। ਟਵਿੱਟ 'ਤੇ ਉਹਨਾਂ ਨੇ ਕਿਹਾ ਹੈਗਾ, ਤੁਹਾਨੂੰ ਪੜ੍ਹ ਕੇ ਦੱਸ ਦਿੰਦੇ ਹਾਂ ਕਿ ਅੱਜ ਪੰਜਾਬ ਦੇ ਸਨਅਤਕਾਰਾਂ ਨਾਲ ਮੀਟਿੰਗ ਕੀਤੀ ਅਤੇ ਪੰਜਾਬ ਦੀ ਆਉਣ ਵਾਲੀ ਨਵੀਂ ਇੰਡਸਟਰੀ ਪਾਲਿਸੀ ਨੂੰ ਲੈ ਕੇ ਚਰਚਾ ਵਿਚਾਰ ਕੀਤਾ। ਸਨਅਤਕਾਰਾਂ ਨੇ ਕਈ ਸੁਝਾਅ ਦਿੱਤੇ ਨੇ ਅਤੇ ਮੇਰੀ ਸਰਕਾਰ 'ਤੇ ਪੂਰਾ ਭਰੋਸਾ ਵੀ ਜਤਾਇਆ ਹੈ। ਸਨਅਤਕਾਰਾਂ ਨੂੰ ਨਿਵੇਸ਼ ਅਤੇ ਵਪਾਰ ਲਈ ਚੰਗਾ ਮਾਹੌਲ ਦੇਣ ਲਈ ਸਾਡੀ ਸਰਕਾਰ ਜਿਹੜੀ ਹੈ ਉਹ ਵਚਨਬੱਧ ਹੈ। ਇਸ ਚੀਜ਼ ਨੂੰ ਲੈ ਕੇ ਅੱਜ ਭਗਵੰਤ ਮਾਨ ਜਿਹੜੇ ਕਿ CM ਪੰਜਾਬ, ਮੁੱਖ ਮੰਤਰੀ ਪੰਜਾਬ ਨੇ ਇੱਕ ਟਵਿੱਟ ਕੀਤਾ ਹੈਗਾ। 6 ਮਹੀਨੇ ਤੋਂ ਖਾਖਾ ਕੱਚਾ ਖਰੜਾ ਜਿਹੜਾ ਡਰਾਫਟ ਤਿਆਰ ਹੋ ਰਿਹਾ ਸੀਗਾ, ਉਸ ਦੇ ਵਿੱਚ ਕਾਫੀ ਸਾਰੇ ਜਿਹੜੇ ਨੇ ਉਹ ਕਮੈਂਟਸ ਜਾਂ ਉਹਦੇ ਸੁਝਾਅ ਜਿਹੜੇ ਆਲਰੇਡੀ ਆ ਰਹੇ ਨੇ, ਪਰ ਉਸ ਦੇ ਬਾਵਜੂਦ ਅੱਜ ਸਿੱਧੇ ਸਿੱਧੇ CM ਪੰਜਾਬ ਭਗਵੰਤ ਮਾਨ ਨੇ ਸਨਅਤਕਾਰਾਂ ਨਾਲ ਆਪਣੀ ਇੱਕ ਬੈਠਕ ਕੀਤੀ ਹੈ ਅਤੇ ਬੈਠਕ ਦੇ ਵਿੱਚ ਅਜੇ ਉਹਨਾਂ ਨੇ ਸੁਝਾਅ ਹੋਰ ਜਿਹੜੇ ਉਹਨਾਂ ਨੂੰ ਮਿਲੇ ਨੇ, ਉਹਨਾਂ ਨੇ ਕਿਹਾ ਕਿ ਮੈਂ ਪੂਰਾ ਪੋਜ਼ਿਟਿਵ ਹੈਗਾ ਇਸ ਨੂੰ ਲੈ ਕੇ, ਮੈਨੂੰ ਭਰੋਸਾ ਹੈਗਾ ਕਿਉਂਕਿ ਇੰਡਸਟਰੀਅਲਿਸਟ, ਛੋਟੇ ਇੰਡਸਟਰੀਅਲਿਸਟ ਜਾਂ ਜਿਹੜੇ ਵੀ ਅੱਜ ਸਨਅਤਕਾਰ ਉਹਨਾਂ ਨੂੰ ਮਿਲਣ ਆਏ ਸੀ, ਉਹਨਾਂ ਨੇ ਭਰੋਸਾ ਜਤਾਇਆ ਹੈਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈਗੀ ਹੈ ਦੂਜੀਆਂ ਜਿਹੜੀਆਂ ਪਹਿਲੇ ਪਾਰਟੀਆਂ ਸੀਗੀਆਂ ਉਹਨਾਂ ਤੋਂ ਜ਼ਿਆਦਾ ਵਧੀਆ ਮਾਹੌਲ, ਉਦਯੋਗਿਕ ਮਾਹੌਲ ਜਿਹੜਾ ਦੇਵੇਗੀ, ਇੰਡਸਟਰੀਅਲ ਮਾਹੌਲ ਇੱਥੇ ਦੇਵੇਗੀ। ਉਹਨਾਂ ਨੇ ਕਿਹਾ ਕਿ ਇਸ ਚੀਜ਼ ਦਾ ਭਰੋਸਾ ਜਿਹੜਾ ਹੈ ਸਨਅਤਕਾਰਾਂ ਦੀ ਜਿਹੜੀ ਟੀਮ ਜਾਂ ਜਿਹੜੇ ਮਿਲਣ ਆਏ ਸੀ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜਿਤਾਇਆ। 6 ਮਹੀਨੇ ਤੋਂ ਇਹ ਜਿਹੜਾ ਆਲਰੇਡੀ ਇਸ 'ਤੇ ਕੰਮ ਚੱਲ ਰਿਹਾ, ਪਰ ਹਜੇ ਤੱਕ ਵੀ ਨਵੀਂ ਇੰਡਸਟਰੀਅਲ ਪਾਲਿਸੀ ਆਉਣੀ ਬਾਕੀ ਹੈ। ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ। ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।